ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜੇ ਖਾਨੇ ਪੁਲ ਦੇ ਥੱਲੋਂ ਭਗਵੰਤ ਮਾਨ ਸੀ ਐਮ ਦਾ ਕਾਫਲਾ ਲੰਘਦਾ। ਉੱਥੇ ਕੋਲੇ ਜਿਹੜਾ ਸੁੱਖਾ ਗੱਪੀ ਹੈ, ਇਹਦੀ ਯਾਤਰਾ ਵੀ ਤੁਰੇ ਫਿਰਦੀ ਹੈ ਪੰਜਾਬ ਨੂੰ ਬਚਾਉਣ ਵਾਸਤੇ। ਪਹਿਲਾਂ ਪੰਜਾਬ ਨੂੰ ਲੁੱਟ ਸੁੱਟ ਲਿਆ, ਬਰਬਾਦ ਕਰਤਾ, ਹੁਣ ਬਚਾਉਣ ਵਾਸਤੇ ਕਹਿੰਦੇ ਯਾਤਰਾ ਸ਼ੁਰੂ ਕੀਤੀ ਹੋਈ ਹੈ। ਚਲੋ ਕੋਈ ਗੱਲ ਨਹੀਂ, ਭਗਵੰਤ ਮਾਨ ਕੋਲ ਦੀ ਲੰਘਦਾ, ਉਹਦਾ ਕਾਫਲਾ ਲੰਘਦਾ ਅਤੇ ਉਹਦੇ ਹੱਥ ਵਿੱਚ ਖੂੰਡਾ ਫੜਿਆ ਹੋਇਆ ਸੁਖਬੀਰ ਬਾਦਲ ਦੇ। ਕਹਿੰਦਾ ਭਜਾ ਤਾ ਨਾ ਭਗਵੰਤ ਮਾਨ, ਖੂੰਡੇ ਤੋਂ ਡਰ ਗਿਆ ਨਾ। ਅਕਾਲੀਓ ਅਕਲੋ ਖਾਲੀਓ, ਇਹ ਗੱਲ ਧਿਆਨ ਦੇ ਨਾਲ ਸੁਣ ਲਿਓ। ਜੇ ਸੁੱਖਾ ਗੱਪੀ ਤੁਹਾਡੀ ਗੱਲ ਮੰਨ ਲਵੇ, ਨਾਲ ਹੁਣ ਅਮਲੀ ਸ਼ਬਦ ਵੀ ਲਾਉਣਾ ਪੈਣਾ, ਇਹ ਖੂੰਡਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੱਕਿਆ ਸੀ, ਮਾਰਦਾ ਸੀ ਨਾ ਬੜਕਾਂ, ਅਤੇ ਉਹ ਖੂੰਡਾ ਲੱਭਦਾ ਨਹੀਂ ਕਿੱਥੇ ਹੈ, ਅਤੇ ਕੈਪਟਨ ਅਮਰਿੰਦਰ ਸਿੰਘ ਵੀ ਲੱਭਦਾ ਨਹੀਂ ਕਿੱਥੇ ਹੈ। ਅਤੇ ਇਹ ਜਿਹੜਾ ਖੁਦੋ ਖੂੰਡੀ ਜਾਂ ਬਾਪੂ ਤੇਰਾ ਖੂੰਡਾ ਕੱਢ ਦੂ ਤੇਰੀਆਂ ਰੜਕਾਂ, ਇਹੋ ਜਿਹੀਆਂ ਗੱਲਾਂ ਬਾਤਾਂ ਰਾਜਨੀਤੀ ਵਿੱਚ ਨਾ ਕਰੋ। ਤੁਹਾਡੀ ਪਾਰਟੀ ਦੇ ਨਾਲ ਇੱਕ ਬਹੁਤ ਸਤਿਕਾਰਯੋਗ ਸ਼ਬਦ ਵਰਤਿਆ ਜਾਂਦਾ, ਸ਼੍ਰੋਮਣੀ ਅਕਾਲੀ ਦਲ, ਉਹਨਾਂ ਸ਼ਬਦਾਂ ਦੀ ਮਾੜੀ ਮੋਟੀ ਸ਼ਰਮ ਕਰ ਲਓ। ਇਹਨੂੰ ਸੁੱਖੇ ਪਾਗਲ ਨੂੰ, ਸੁੱਖੇ ਗੱਪੀ ਨੂੰ ਸਮਝਾ ਲਓ ਮਾੜਾ ਮੋਟਾ। ਹਾਂ, ਜੇ ਖੂੰਡਾ ਚੱਕਣ ਦਾ ਇੰਨਾ ਹੀ ਸ਼ੌਕ ਹੈ ਤਾਂ ਫਿਰ ਮੇਰੀ ਗੱਲ ਸੁਣ ਲਿਓ ਧਿਆਨ ਦੇ ਨਾਲ। ਭੰਗੜੇ ਦੀ ਟੀਮ ਵਿੱਚ 11 ਕੁ ਮੁੰਡੇ ਹੁੰਦੇ ਆ, ਸੁੱਖਾ ਗੱਪੀ ਤਾਂ ਮੁੰਡਾ ਵੀ ਹੈ ਨਹੀਂ, 50 ਤੋਂ ਟੱਪਿਆ ਹੋਇਆ, ਹੁਣ ਭੰਗੜਾ ਪੈਣਾ ਵੀ ਹੈ ਨਹੀਂ। ਚਲੋ ਜੇ ਖੂੰਡੇ ਰੱਖਣ ਦਾ ਸ਼ੌਕ ਹੈ, ਖੂੰਡੇ ਚੱਕਣ ਦਾ ਸ਼ੌਕ ਹੈ ਤਾਂ ਇੱਦਾਂ ਕਰ ਲਿਓ, ਜਿਹੜੇ ਉਹ ਭੰਗੜੇ ਵਾਲੇ ਉਹ ਪੱਗਾਂ ਬੰਨ੍ਹਦੇ ਹੁੰਦੇ ਨੇ ਉਹ ਪੱਗਾਂ ਬੰਨ੍ਹ ਲਓ। ਨਾਲ ਹੈਗੇ ਨੇ ਮਜੀਠੀਆ ਆ ਜੂਗਾ, ਅਤੇ ਦੂਜਾ ਬਲਟੋਹਾ ਗਲਾਕ ਆ ਜੂਗਾ, ਡਾਕਟਰ ਚੀਮਾ ਆਜੂ, ਚਰਨੀਤ ਬਰਾੜ ਆਜੂ, ਠੀਕ ਹੈ, ਅਤੇ ਇੱਕ ਬੀਬੀ ਵੀ ਤੁਹਾਡੇ ਕੋਲ ਹੈਗੀ, ਹਰਸਿਮਰਤ ਕੌਰ ਬਾਦਲ, ਦੋ ਚਾਰ ਹੋਰ ਆ ਜਾਣਗੇ। ਟੀਮ ਬਣਾ ਲਓ ਪੂਰੀ, ਅਤੇ ਚਾਦਰੇ ਬੰਨੋ ਫੁੱਲਾਂ ਵਾਲੇ, ਅਤੇ ਖੂੰਡਿਆਂ 'ਤੇ ਫੁੱਲ ਟੰਗ ਲਓ, ਜਿਵੇਂ ਨੱਚਦੇ ਹੁੰਦੇ ਨਾ, ਹਾਈਸ਼ਾ ਹਾਈਸ਼ਾ ਕਰਦੇ ਹੁੰਦੇ ਨੇ ਭੰਗੜੇ ਵਿੱਚ, ਗਾਣਾ ਵੀ ਲੱਗਿਆ ਹੁੰਦਾ, ਅਤੇ ਉਹ ਟੀਮ ਬਣਾ ਲਓ ਅਤੇ ਲੋਕ ਸ਼ਾਇਦ ਬੁੱਕੀ ਕਰ ਲਿਆ ਕਰਨ। ਰਾਜਨੀਤੀ ਵਾਲੇ ਪਾਸੇ ਖੂੰਡਾ ਚੱਲਣਾ ਨਹੀਂ, ਜੇ ਖੂੰਡਾ ਚਲਾਉਣਾ ਤਾਂ ਲੋਕਾਂ ਦੇ ਭੰਗੜਿਆਂ ਭੁੰਗੜਿਆਂ ਜਾ ਕੇ, ਵਿਆਹਾਂ ਵੋਹਾਂ ਜਾ ਕੇ ਚਲਾ ਲਿਓ, ਅਤੇ ਖੂੰਡੇ ਮੈਂ ਲੈ ਦੂੰ ਤੁਹਾਨੂੰ, 2-3 ਸੌਦਾ ਆਉਂਦਾ, ਕੋਈ ਖਾਸ ਗੱਲ ਨਹੀਂ, ਲਾ ਦਾਂਗੇ 5,000 ਰੁਪਈਆ, ਕੋਈ ਵੱਡੀ ਗੱਲ ਨਹੀਂ, ਉਹ ਲੈ ਦਿਆਂਗੇ ਕੋਕਿਆਂ ਵਾਲੇ, ਵਧੀਆ ਜਿਹੜਾ ਕੈਪਟਨ ਕੋਲ ਹੁੰਦਾ ਸੀ ਨਾ। ਚਲੋ ਨਾਲ ਜੁੱਤੀਆਂ ਵੀ ਲੈ ਦਿਆਂਗੇ, ਉਹ ਜਿਹੜੀਆਂ ਤਿੱਲੇ ਵਾਲੀਆਂ ਹੁੰਦੀਆਂ ਨੇ, 10,000 ਲਾ ਦਿਆਂਗੇ, ਬਾਹਲੀ ਗੱਲ ਕੀ ਹੈ, ਲਾ ਦਿਆਂਗੇ, ਠੀਕ ਹੈ। ਚਲੋ ਜੇ ਬਾਹਲੇ ਗਰੀਬ ਹੋ ਤਾਂ ਚਾਦਰੇ ਕੁੜਤੇ ਵੀ ਲੈ ਦਿਆਂਗੇ, 10,000 ਹੋਰ ਸਹੀ, ਠੀਕ ਹੈ, ਤੁਸੀਂ ਖੁਸ਼ ਰਹੋ। ਪਰ ਭਗਵੰਤ ਮਾਨ ਨੂੰ ਖੂੰਡਾ ਦਿਖਾ ਕੇ ਕੁਛ ਨਹੀਂ ਬਣਨਾ, ਉਹ ਤਾਂ ਛਿੱਤਰ ਫੇਰ ਰਿਹਾ ਚਾਰ ਸਪੇਰੇ ਤੁਹਾਡੇ, ਪੈਂਦੀਆਂ ਨੇ ਕੜਾ ਕੜਾ ਪੈਂਦੀਆਂ ਨੇ ਨਾ, ਜਿਵੇਂ ਘਰ ਦੇ ਵਿੱਚ ਕੁੱਤਾ ਵੜ ਜਾਂਦਾ, ਠੀਕ ਹੈ, ਜਿਹੜੀ ਘਰ ਦੀ ਮਾਲਕਣ ਹੁੰਦੀ ਹੈ ਜਾਂ ਘਰ ਦਾ ਮਾਲਕ ਹੁੰਦਾ ਅਤੇ ਉਹਦੇ ਹੱਥ ਵਿੱਚ ਜੋ ਮਰਜ਼ੀ ਆ ਜਾਵੇ ਫਿਰ ਉਹੀ ਚੱਕ ਕੇ ਮਾਰਦਾ ਟੋਟਣ 'ਚ, ਠੀਕ ਹੈ, ਚੌਂ ਚੌਂ ਕਰਦਾ ਜਾਂਦਾ ਹੁੰਦਾ ਕੁੱਤਾ ਬਾਹਰ ਨੂੰ ਫਿਰ ਘਰ ਦੇ ਵਿੱਚੋਂ, ਠੀਕ ਹੈ। ਉਹੀ ਗੱਲ ਤੁਹਾਡੇ ਸੁਖਵੀਰ ਸੁੱਖੇ ਗੱਪੀ ਦੀ ਹੈ, ਅਤੇ ਨਾਲ ਤੁਸੀਂ ਭੇਡਾਂ ਰਲੀਆਂ ਹੋਈਆਂ,
ਗੱਲ ਨਹੀਂ ਹੁੰਦੀ, ਬਾਤ ਨਹੀਂ ਹੁੰਦੀ। ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ, ਸੁਖਬੀਰ ਬਾਦਲ ਜਿੰਦਾਬਾਦ। ਬਸ ਆਹ ਕਰਤੂਤ ਹੈ ਤੁਹਾਡੀ, ਹੋਰ ਕੁਛ ਨਹੀਂ। ਮਾੜੀ ਜੋ ਕੰਧਾਂ ਮੈਂ ਟੱਕਰਾਂ, ਬਣਨਾ ਕੱਖ ਨਹੀਂ। ਅਤੇ ਬਸ ਇੰਨੀ ਇੱਕ ਗੱਲ ਕਰਨੀ ਸੀ, ਅਤੇ ਇਹਨੂੰ ਧਿਆਨ ਦੇ ਨਾਲ ਬਹਿ ਕੇ ਸੁਣ ਲਿਓ, ਅਤੇ ਆਪਣੇ ਘਰ ਦੇ ਵਿੱਚ ਬਹਿ ਕੇ, ਅਤੇ ਜੇ ਕਿਸੇ ਦੇ ਕੋਲ ਫੋਨ ਫਾਨ ਹੋਇਆ ਸੁਖਬੀਰ ਬਾਦਲ ਦਾ, ਤਾਂ ਉਹਨੂੰ ਫੋਨ ਫਾਨ ਕਰਕੇ ਦੱਸ ਦਿਓ, ਥੋੜ੍ਹੀ ਬਹੁਤੀ ਉਹਨੂੰ ਅਕਲ ਆ ਜੇ। ਇੱਕ ਅੱਧੀ ਸੀਟ ਮਿਲਣ ਦੀ ਆਸ ਹੈਗੀ ਸੀ, ਪਰ ਜਿਹੜਾ ਜਲੂਸ ਕੱਢ ਰਹੇ ਹੋ ਤਾਂ ਸ਼ਾਇਦ ਭੋਗ ਪਈ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।